ਅਨਕਸਰ ਦੇ ਨਾਲ ਹੀ 1.5 ਕਿਲੋਮੀਟਰ ਤੇ 6ਵੇਂ ਪਾਤਸ਼ਾਹ ਦਾ ਅਸਥਾਨ ਹੈ। ਗੁਰੂ ਸਰ ਬਾਬਾ ਜੀ ਦੇ ਸਮੇਂ ਉੱਥੇ ਸਰੋਵਰ ਤਾਂ ਸੀ। ਬਾਬਾ ਜੀ ਕਦੇ ਕਦੇ ਉਸ ਅਸਥਾਨ ਤੇ ਜਾਂਦੇ, ਨਮਸਕਾਰ ਵੀ ਕਰਦੇ, ਕਦੇ ਕਦੇ ਇਸ਼ਨਾਨ ਵੀ ਕਰ ਲੈਂਦੇ ਸਨ, ਕਿਉਂਕਿ ਬਾਣੀ ਵਿੱਚ ਵੀ ਆਖਿਆ ਹੈ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਪਾਲਿਆ, ਲੈ ਤੂਰ ਮੁਖ ਲਾਵਾ। ਜੋ ਵੀ ਗੁਰੂ ਦੇ ਸਿੱਖ ਹਨ, ਉਹ ਤਾਂ ਉਸ ਥਾਂ ਨੂੰ ਵੀ ਲੱਭਦੇ ਹਨ ਜਿੱਥੇ ਵੀ ਗੁਰੂ ਨੇ ਚਰਨ ਪਾਏ ਹਨ, ਅਤੇ ਫਿਰ ਸਿਰਫ ਲੱਭ ਕੇ ਛੱਡ ਹੀ ਨਹੀਂ ਦਿੰਦੇ, ਉੱਥੇ ਦੀ ਚਰਨ ਧੂੜ ਲੈ ਕੇ ਮੱਥੇ ਤੇ ਵੀ ਲਾਉਂਦੇ ਹਨ। ਸੋ ਇਸ ਕਰਕੇ ਬਾਬਾ ਆਨੰਦ ਸਿੰਘ ਜੀ ਉੱਥੇ ਪਹੁੰਚੇ ਹੋਏ ਸਨ, ਅਤੇ ਉਸ ਸਮੇਂ ਦੇ ਮਸ਼ਹੂਰ ਰਾਗੀ ਭਾਈ ਹੀਰਾ ਸਿੰਘ ਜੀ ਬਾਬਾ ਜੀ ਦੇ ਦਰਸ਼ਨ ਕਰਨ ਆਏ। ਬਾਬਾ ਜੀ ਉਸ ਸਮੇਂ ਇਸ਼ਨਾਨ ਕਰ ਰਹੇ ਸਨ, ਭਾਈ ਹੀਰਾ ਸਿੰਘ ਜੀ ਬੈਠ ਗਏ। ਜਦੋਂ ਬਾਬਾ ਜੀ ਬਾਹਰ ਆਏ, ਮੱਥਾ ਟੇਕਿਆ, ਬਚਨ ਕਰਦਿਆਂ ਕਰਦਿਆਂ ਬੇਨਤੀ ਕੀਤੀ, ਬਾਬਾ ਜੀ ਦਾਸ ਨੂੰ ਕੋਈ ਸਮਤ